ਕੇਵਲ ਦੇਹਧਾਰੀ ਹੀ ਹੁੰਦਾ, ਗੁਰੂ ਜੀਵਿਤ ਹਸਤੀ ਹੁੰਦੀ ਹੈ। ਨਾਮ ਗੁਰੂ ਦਿੰਦਾ, ਨਾਮ ਆਪਣੇ ਆਪ ਨਹੀਂ ਮਿਲ ਜਾਂਦਾ। ਗੁਰੂ ਨੇ ਕੰਨ ਵਿੱਚ ਮੰਤਰ ਦਿੱਤਾ, ਦੇਣ ਦੀ ਕਿਰਿਆ ਗੁਰੂ ਕਰਦਾ। ਸਤਿਕਾਰਯੋਗ ਸਾਧ ਸੰਗਤ ਜੀ, ਨਾਮ ਦੀ ਗੁਰਬਾਣੀ ਵਿੱਚ ਬਹੁਤ ਮਹਿਮਾ ਹੈ ਅਤੇ ਨਾਮ ਵਾਸਤੇ ਬਾਣੀ ਵਿੱਚ ਲਿਖਿਆ ਕਿ ਨਾਮ ਸਤਿਗੁਰੂ ਦਿੰਦਾ। ਨਾਮ ਦੀਆ ਗੁਰ ਪਰ ਉਪਕਾਰੀ, ਭਾਵ ਗੁਰੂ ਦਿੰਦਾ, ਨਾਮ ਆਪਣੇ ਆਪ ਨਹੀਂ ਮਿਲ ਜਾਂਦਾ। ਇਸ ਕਰਕੇ ਇੱਥੋਂ ਤੱਕ ਵੀ ਲਿਖਿਆ ਮੰਤਰ ਦਿਓ ਗੁਰ ਕਾਨ, ਗੁਰੂ ਨੇ ਕੰਨ ਵਿੱਚ ਮੰਤਰ ਦਿੱਤਾ। ਸੋ ਦੇਣ ਦੀ ਕਿਰਿਆ ਗੁਰੂ ਕਰਦਾ, ਦੇਣ ਦੀ ਕਿਰਿਆ ਕੌਣ ਕਰ ਸਕਦਾ? ਕੋਈ ਦੇਹਧਾਰੀ ਹੀ ਕਰ ਸਕਦਾ, ਕੋਈ ਚੇਤਨ ਹਸਤੀ ਕਰ ਸਕਦੀ ਹੈ। ਸ਼ੁਰੂ ਵਿੱਚ ਅਸੀਂ ਸਿੱਖਾਂ, ਸਾਨੂੰ ਸਿੱਖਾਂ ਨੂੰ ਗੁਰਬਾਣੀ ਅਨੁਸਾਰ ਜੀਵਨ ਜਿਉਣਾ ਚਾਹੀਦਾ ਅਤੇ ਗੁਰਬਾਣੀ ਅਨੁਸਾਰ ਇਹ ਹੈਗਾ ਕਿ ਆਪਣੇ ਆਪ ਨਹੀਂ ਨਾਮ ਲਿਆ ਜਾਂਦਾ। ਨਾਮ ਤਾਂ ਗੁਰੂ ਦਿੰਦਾ, ਗੁਰੂ ਧਾਰਨ ਕੀਤਾ ਜਾਂਦਾ ਅਤੇ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਸ਼ੁਭ ਉਪਦੇਸ਼ ਦਿੰਦਾ। ਇਸ ਕਰਕੇ ਆਪ ਜੀ ਨੂੰ ਬੇਨਤੀ ਹੈ ਕਿ ਗੁਰੂ ਧਾਰਨ ਕਰੋ ਅਤੇ ਗੁਰੂ ਤੋਂ ਹੀ ਨਾਮ ਪ੍ਰਾਪਤ ਹੁੰਦਾ ਅਤੇ ਗੁਰੂ ਕੇਵਲ ਅਤੇ ਕੇਵਲ ਦੇਹਧਾਰੀ ਹੀ ਹੁੰਦਾ, ਗੁਰੂ ਜੀਵਿਤ ਹਸਤੀ ਹੁੰਦੀ ਹੈ।